ਨਵਾਂ ਤੋਂ ਸੋਹਣਾ ਜੇ ਕੋਈ ਯਾ ਹੈਗਾ ਆਇਆ ਤੇ ਲਿਆ ਕੇ ਲਿਆ ਤੇ ਹੋਏ ਮਿਸਰਾ ਅਗਲੀ ਵਾਰ ਹਾਂ ਅਭੀ ਆਪਣਾ ਕਲਾਮ ਮਿਸਰੇ ਨਾ ਕਰ ਤਕਰਾ ਪੇਸ਼ ਕਰ ਰਹੇ ਤੇ ਜਨਾਬ ਪ੍ਰੋਫੈਸਰ ਮੁਹੰਮਦ ਆਰਫ ਦੇਖੀ ਸਾਹਿਬ ਜਿਨ੍ਹਾਂ ਨੇ ਕਸੀਦੇ ਪੇਸ਼ ਕੀਏ ਬਾਰਗਾਹੇ ਮੁਰਤਦਾ ਮੇਂ ਬਹੁਤ ਹੀ ਖੂਬਸੂਰਤ ਅੰਦਾਜ਼ ਮੇਂ ਕਸੀਦੇ ਪੇਸ਼ ਕੀਏ ਹੈ ਪ੍ਰਣਾਦ ਸ਼ੀਰ ਬਹੁਤ ਹੀ ਆਲਾ ਪੇਸ਼ ਕੀਆ ਪਰ ਆਜ ਕੀ ਮਹਿਫਲ ਉਹਨਾਂ ਨੇ ਇਹ ਲੁੱਟ ਲਈ ਹੈ ਅੱਜ ਇਹ ਪੰਜ ਤਨ ਜੋ ਕਿ ਯੂਟਿਊਬ ਪੇ ਚੈਨਲ ਹੈ ਉਸ ਪਰ ਨਸ਼ਰ ਕੀਆ ਜਾਣ ਵਾਲਾ ਇਹ ਇਸ਼ਾਰਾ ਜੋ ਆਪਨੇ ਸਵਾਲ ਫਰਮਾਇਆ ਇਹ ਅਜਮਨ ਫਕੀਰਾਂ ਨੇ ਮੁਸਤਫਾ ਗੁਲਾਮ ਮੁਹੰਮਦ ਆਬਾਦ ਫੈਸਲਾਬਾਦ ਦਾ 178ਵਾਂ ਮਹਾਨਾ ਨਾਤੀਆ ਮੁਸ਼ਾਰਾ ਥਾ ਜਿਸ ਵਿੱਚ ਆਜ 13 ਰਜਬ 1439 ਹਿਜਰੀ ਕੇ ਹਵਾਲੇ ਥੇ ਜਿਸ਼ਨ ਵਲਾਦਤ ਹੈਦਰ ਕਰਰਾਰ ਕਰਬਲਾ ਵਜੋ ਕੇ ਹਵਾਲੇ ਥੇ ਮਨਕਬਤ ਵੀ ਪੇਸ਼ ਕੀ ਗਈ ਔਰ ਮਾਂ ਕੀ ਸ਼ਾਨ ਮੇਂ ਵੀ ਨਜ਼ਮੇ ਪੇਸ਼ ਕੀ ਗਈ ਫੈਸਲਾਬਾਦ ਕੀ ਤਾਰੀਖ ਮੇਂ ਆਜ ਹੋਣੇ ਵਾਲਾ ਇਹ ਮਨਕਬਤ ਹਜ਼ਰਤ ਸੈਯਦਨਾ ਹੈਦਰ ਕਰਰਾਰ ਮੁਸ਼ਾਰਾ ਵਾਹਿਦ ਮੁਸ਼ਾਰਾ ਹੈ ਅਗਰਚੇ ਆਜ ਗਲੀ ਗਲੀ ਮਹਿਫਲੇ ਹੋਈ ਹੈ ਗਲੀ ਗਲੀ ਜਸ਼ਨ ਮਨਾਏ ਗਏ ਹੈ ਔਰ ਜਗ੍ਹਾ ਜਗ੍ਹਾ ਉਨਕੇ ਨਾਮ ਕਾ ਲੰਗਰ ਤਕਸੀਮ ਕੀਆ ਗਿਆ ਹੈ ਔਰ ਲੋਗੋ ਕੋ ਖਾਣਾ ਖਿਲਾਇਆ ਗਿਆ ਹੈ ਲੇਕਿਨ ਫੈਸਲਾਬਾਦ ਕੀ ਧਰਤੀ ਪਰ ਮਨਕਬਤ ਕਾ ਇਹ ਪਹਿਲਾ ਮੁਸ਼ਾਰਾ ਥਾ ਜੋ ਅਜਮਨ ਫਕੀਰਾਂ ਨੇ ਮਸਵਾ ਪੇ ਵਾਹਿਦ ਮੁਸ਼ਾਰਾ ਔਰ ਇਸਕੀ ਤਰ੍ਹਾਂ ਬੁਨਿਆਦ ਜਨਾਬ ਫਕੀਰ ਮਸਵਾ ਅਮੀਰ ਨੇ ਰੱਖੀ ਰਹਿਮਤੁਲਾਹ ਅਲੈਹ ਔਰ ਉਹ ਬੜੇ ਸ਼ੌਕ ਸੇ ਇਹ ਮੁਸ਼ਾਰਾ ਪਿਛਲੇ 10 ਸਾਲ ਸੇ ਮੁਸਲਸਲ ਮਨਕਬਤ ਕਾ ਮੁਸ਼ਾਰਾ ਕਰਵਾ ਰਹੇ ਥੇ ਔਰ ਇਤਨੇ ਹੀ ਸਾਲ ਸੇ ਵਾਲਦਾ ਮਰਹੂਮਾ ਕੀ ਯਾਦ ਮੇਂ ਮੁਸ਼ਾਰਾ ਕਰਵਾ ਰਹੇ इसके साथ ही अपने मेजबान प्रोफेसर याद अहमद कादरी को इजाजत दीजिए अजरे पांच दिन चैनल के साथ अल्लाह हाफिज़।